ਹਾਂਜੀ, ਐਸ ਬੀ ਜੀ ਦੇ ਵਾਸਤੇ ਅਸੀਂ ਸੰਗਤਾਂ ਨੂੰ ਇਹ ਬੇਨਤੀ ਵੀ ਕਰ ਰਹੇ ਹਾਂ ਕਿ ਜਿਹੜੇ ਥੋੜ੍ਹਾ ਬਹੁਤਾ ਸਮਾਂ ਰਹਿ ਗਿਆ ਉਹਦੇ 'ਚ ਤੁਸੀਂ ਆਪੋ ਆਪਣੀ ਜਿਹਦੀ ਵੋਟ ਨਹੀਂ ਬਣੀ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰੋ। ਐਸ ਬੀ ਜੀ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਉਹਦੇ 'ਚ ਬਹੁਤ ਵੱਡਾ ਸਾਡੀਆਂ ਸੰਸਥਾਵਾਂ 'ਚ ਜੋ ਉੱਥੇ ਕਾਬਿਲ ਧਿਰ ਸੀ ਉਹਨੇ ਬੜਾ ਨਿਗਾਰ ਲਿਆਂਦਾ, ਅਤੇ ਅਸੀਂ ਉਹਨੂੰ ਦੁਬਾਰਾ ਜਿਸ ਮੰਤਵ ਲਈ ਉਹ ਸੰਸਥਾਵਾਂ ਤੁਹਾਡੇ ਤੁਸੀਂ ਸਿਲੈਕਟ ਕਰੋਗੇ ਇਹੋ ਜਿਹੇ ਉਮੀਦਵਾਰ ਜਿਹੜੇ ਸੰਗਤਾਂ ਨੂੰ ਪ੍ਰਵਾਨ ਹੋਣ, ਜਿਹੜੇ ਗੁਰਸਿੱਖੀ ਨੂੰ ਪੰਥ ਪ੍ਰਸਤੀ ਹੋਣ, ਪੰਜਾਬ ਦੀ ਭਲੇ ਦੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰ ਸਕਦੇ ਹੋਣ। ਪਿੰਡ ਡੇਰੀਵਾਲ ਗੁਰਦੁਆਰਾ ਬੋੜੀ ਸਾਹਿਬ 'ਚ ਆਏ ਨਾਲ ਸਾਡੇ ਨਾਲ ਮੌਜੂਦ ਨਾਲ ਗੱਲਬਾਤ ਕਰ। ਬਾਬਾ ਜੀ, ਅੱਜ ਜਿਹੜਾ ਮੇਨ ਪ੍ਰੋਗਰਾਮ ਕੀ ਆ, ਉਸ ਇਵੈਂਟ ਨੂੰ ਲੈ ਕੇ ਆਏ, ਤੁਸੀਂ ਕਿਹਦੀ ਤਿਆਰੀਆਂ ਸੀ, ਤੁਸੀਂ ਕਿੱਥੇ ਜਾ ਰਹੇ ਹੋ, ਬਾਰੇ ਕੀ ਕਹਿਣਾ? ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਤਾਂ ਸਾਡਾ ਜੀ ਜਿਹੜੇ ਗੁਰਦਾਸਪੁਰ ਦੇ ਜਿਹੜੇ ਖਡੂਰ ਸਾਹਿਬ ਇਲੈਕਸ਼ਨ ਹੋਈ, ਉਹਦੇ 'ਚ ਗੁਰਦਾਸਪੁਰ ਦੇ ਲੋਕਾਂ ਦਾ, ਪੂਰੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦਾ, ਪੰਜਾਬੀਆਂ ਦਾ ਬੜਾ ਯੋਗਦਾਨ ਰਿਹਾ। ਗੁਰਦਾਸਪੁਰ ਜ਼ਿਲ੍ਹੇ ਨੇ ਵੀ ਬਹੁਤ ਵੱਡਾ ਹਿੱਸਾ ਪਾਇਆ, ਇੱਥੋਂ ਦੀਆਂ ਸੰਗਤਾਂ ਨੇ ਉੱਥੇ ਜਾ ਕੇ ਕੰਪੇਨ ਕੀਤੀ, ਹੋਰ ਵੀ ਜੋ ਉਹ ਕਰ ਸਕਦੇ ਸੀ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਵੋਟਾਂ ਪਾਉਣ ਵਾਸਤੇ। ਅਸੀਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ। ਅਸੀਂ ਇਹਨਾਂ ਦਾ ਪੂਰੇ ਗੁਰਦਾਸਪੁਰ ਵਾਸੀਆਂ ਦਾ, ਇਸ ਇਲਾਕੇ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਉਸ ਟਾਈਮ 'ਤੇ ਬਹੁਤ ਵੱਡਾ ਸਹਿਯੋਗ ਦਿੱਤਾ, ਅਤੇ ਅੱਜ ਵੀ ਸਾਨੂੰ ਇੱਥੇ ਆਉਣ 'ਤੇ ਬੜਾ ਇਤਮਾਨ ਦੇ ਰਹੇ। ਅਸੀਂ ਇਸ ਕਰਕੇ ਵੀ ਇਹਨਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿਹੜਾ SGPC ਨੇ ਤਲਬ ਕੀਤਾ ਸੁਖਬੀਰ ਸਿੰਘ ਬਾਦਲ ਨੂੰ ਬਾਕੀ ਸਾਹਿਬ ਕਿਆ ਮੰਤਰੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹਦੇ ਬਾਰੇ 'ਚ ਮੇਰਾ ਖਿਆਲ ਹੈ ਕਿ ਕੌਮ 'ਚ ਇੱਦਾਂ ਦੀ ਲੋਕਾਂ ਦੀਆਂ ਇਹ ਸੋਚ ਇਹੋ ਜਿਹੀ ਆ ਕਿ ਉੱਥੇ ਕੁਛ ਨਹੀਂ ਹੋਣ ਵਾਲਾ, ਕਿਉਂਕਿ ਇਹ ਚੀਜ਼ਾਂ ਜੇ ਜਥੇਦਾਰ ਸਾਹਿਬ ਜਾਂ ਕੋਈ ਇਹ ਚੀਜ਼ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਿੱਤੇ, ਬਹੁਤ ਪਹਿਲਾਂ ਜੋ ਇੰਨਾ ਨੁਕਸਾਨ ਹੋ ਸਕਿਆ ਉਦੋਂ ਪਹਿਲਾਂ ਰੋਕਿਆ ਜਾ ਸਕਦਾ ਸੀ। ਚਲੋ ਫਿਰ ਵੀ ਤਲਬ ਕੀਤਾ ਇਹ, ਚਲੋ ਉਹਨਾਂ ਦਾ ਗੁਰੂ ਮਹਾਰਾਜ ਦਾ ਅਕਾਲ ਤਖਤ ਸਾਹਿਬ ਦੇ ਖਿਲਾਫ਼ ਅਸੀਂ ਕੋਈ ਵੀ ਸ਼ਬਦ ਜਾਂ ਅਸੀਂ ਕੋਈ ਕਿੰਤੂ ਪਰੰਤੂ ਕਿਸੇ ਸਿੱਖ ਨੂੰ ਕੋਈ ਹੱਕ ਨਹੀਂਗਾ ਕਰਨ ਦਾ, ਪਰ ਫਿਰ ਵੀ ਸੰਗਤਾਂ ਦੀ ਭਾਵਨਾ ਅਨੁਸਾਰ ਕੋਈ ਫੈਸਲਾ ਲਿਆ ਜਾਵੇ ਤਾਂ ਮੇਰੇ ਖਿਆਲ ਚੰਗੀ ਗੱਲ ਆ, ਕਿਉਂਕਿ ਪਿਛਲੇ ਟਾਈਮ ਵੀ ਕੁਛ ਦਬਾਅ ਅਧੀਨ ਜਥੇਦਾਰ ਸਾਹਿਬ ਨੇ ਫੈਸਲੇ ਲਏ, ਫਿਰ ਵਾਪਸ ਲੈਣੇ ਪਏ, ਅਤੇ ਇਹ ਸੋਚਦੇ ਹਾਂ ਕਿ ਉਸ 'ਚ ਕੌਮ ਦਾ ਵੀ ਬੜਾ ਨੁਕਸਾਨ ਹੁੰਦਾ ਅਤੇ ਜਥੇਦਾਰ ਦੀ ਪਦਵੀ ਨੂੰ ਵੀ ਬੜੀ ਢਾਹ ਲੱਗਦੀ ਕਿ ਇੱਦਾਂ ਦਾ ਸਮਾਂ ਨਾ ਆਵੇ। ਬਾਕੀ ਅਸੀਂ ਚਾਹੁੰਦੇ ਹਾਂ ਕਿ ਚਲੋ ਠੀਕ, ਕੋਈ ਸ਼ਾਇਦ ਉਮੀਦ ਕਰਦੇ ਹਾਂ ਗੁਰੂ ਸਾਹਿਬ ਕੋਈ ਚੰਗਾ ਹੀ ਫੈਸਲਾ ਦੇਣ, ਅਤੇ ਪਰ ਸੰਗਤਾਂ ਨੂੰ ਇਹ ਉਮੀਦ ਨੀਗੀ ਵੈਸੇ ਵੀ ਕੋਈ ਜੋ ਜਿੱਦਾਂ ਦੇ ਉਹਨਾਂ ਦੇ ਗੁਨਾਹ ਆ ਉੱਦਾਂ ਦੀ ਕੋਈ ਸਜ਼ਾ ਦਿੱਤੀ ਜਾਊਗੀ। ਬਾਕੀ ਚਲੋ ਜਿੰਨਾ ਚਿਰ ਉਹ ਦਿੰਦੇ ਨਹੀਂ ਉਨਾ ਚਿਰ ਕੁਛ ਨਹੀਂ ਕਿਹਾ ਜਾਂਦਾ। ਬਈ ਗਿੱਦੜਬਾਹਾ ਉਪ ਚੋਣ ਆ ਗਈ, ਉਹਦੇ ਵਿੱਚ ਜਿਹੜੇ ਖਾਲਸਾ ਜੀ ਕੋਲ ਕੈਂਡੀਡੇਟ ਹੋਰ ਅਨਾਊਂਸ ਕਰ ਰਹੇ ਨੇ, ਉਸ ਤੋਂ ਬਾਅਦ ਜਿਹੜੇ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਬੇਦਵੀ ਸਾਹਿਬ ਦਾ ਜਿਹੜਾ ਬੇਟਾ ਉਹਨਾਂ ਦਾ, ਉਹ ਵੀ ਚੋਣ ਲੜਨ ਦੀ ਅਨਾਊਂਸਮੈਂਟ ਕਰੇ, ਇੱਦਾਂ ਫਿਰ ਅਲੱਗ ਅਲੱਗ ਕੈਂਡੀਡੇਟ ਹੋਣਗੇ ਅਤੇ ਚੀਜ਼ ਆਸਾ ਨਹੀਂ ਪਏਗਾ ਆਪਣੀ ਮਹਿਮ 'ਤੇ? ਇਹ ਜੀ ਸਾਡੀ ਕੌਮ ਦੀ ਇਹੋ ਬਦਕਿਸਮਤੀ ਸਮਝੋ ਕਿ ਅਸੀਂ ਇਹ ਜਿਹੜੇ ਬਹੁਤ ਧੜਿਆਂ 'ਚ ਵੰਡੇ ਜਾਂਦੇ ਹਾਂ, ਜਾਂ ਸਾਡੀ ਲਾਲਸਾਵੇਂ ਸਾਰਿਆਂ ਦੀਆਂ ਇੰਨੀਆਂ ਕਿ ਅਸੀਂ ਹਰੇਕ ਬੰਦਾ ਅਸੀਂ ਕੋ ਛੇਤੀ ਨਾਲ ਵੱਡੇ ਅਹੁਦੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਦੀ ਵਜ੍ਹਾ ਨਾਲ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੁੰਦਾ। ਸਾਡੀ ਜਿਹੜੀ ਗੁਰੂ ਸਾਹਿਬ ਦੀ ਸੋਚ ਬੜੀ ਤਿਆਗ ਦੀ ਭਾਵਨਾ ਸੀ, ਸਭ ਦੇ ਭਲੇ ਦੀ ਸੀ, ਪਰ ਮੇਰਾ ਖਿਆਲ ਉਹਨੂੰ ਛੱਡ ਕੇ ਸਾਡੇ ਚੱਜਵਾਦ ਨਿਜਵਾਦ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਘਰ ਕਰ ਗਈਆਂ। ਇਸ ਕਰਕੇ ਮੈਂ ਤਾਂ ਸਾਰਿਆਂ ਨੂੰ, ਸਾਰੇ ਜੋ ਵੀ ਉੱਥੇ ਖੜ੍ਹੇ ਹੋ ਰਹੇ ਆ ਜਾਂ ਹੋਣਾ ਚਾਹ ਰਹੇ, ਤਾਂ ਉਹਨਾਂ ਸਾਡੇ ਕਿ ਸਾਰੇ ਜਣੇ ਆਪਸ ਵਿੱਚ ਸਹਿਮਤੀ ਕਰਕੇ ਆਪਾਂ ਇੱਕ ਜਣੇ 'ਤੇ ਇਹ ਫੋਕਸ ਕਰੀਏ ਅਤੇ ਇੱਕ ਜਣੇ ਨੂੰ ਇਲੈਕਸ਼ਨ ਲੜਾਈਏ। ਅਤੇ ਬਾਬਾ ਜੀ, ਖਾਲਸਾ ਜੀ ਨੇ ਅਨਾਊਂਸਮੈਂਟ ਦਾ ਕੈਂਡੀਡੇਟ, ਹੁਣ ਤੁਹਾਡੇ ਫਿਰ ਉਹਨਾਂ ਵੱਲੋਂ ਸਪੋਰਟ ਹੋਏਗੀ ਅਮਰ ਭਾਈ ਅਮਰਪਾਲ ਵੱਲੋਂ, ਕਿ ਜਾਂ ਹੁਣ ਉਹਨਾਂ ਦੀ ਸਪੋਰਟ ਕਰੋਗੇ ਜਾਂ ਆਪਣਾ ਬੰਦਾ ਖੜਾ ਕਰੋਗੇ? ਨਹੀਂ, ਅਸੀਂ ਖਾਲਸਾ ਜੀ ਦੇ ਨਾਲ ਹਾਂ, ਪਰ ਅਸੀਂ ਫਿਰ ਵੀ ਦੂਜੀਆਂ ਧਿਰਾਂ ਨੂੰ ਵੀ ਕਹਾਂਗੇ ਕਿ ਆਪਾਂ ਮਿਲ ਜੁਲ ਕੇ ਕੋਈ ਫੈਸਲਾ ਕਰੀਏ ਕਿ ਜਿਹੜਾ ਕੋਈ ਸਾਂਝਾ ਇੱਕ ਹੀ ਉਮੀਦਵਾਰ ਹੋਵੇ। ਬਿਲਕੁਲ, ਹੁਣ ਉਪ ਚੋਣ ਜਿੱਦਾਂ ਹੋ ਰਹੀ, ਡੇਰ ਬਾਬਾ ਨਾਨਕ ਹੋਣ ਜਾ ਰਹੀ, ਹੋਰ ਪੰਜਾਬ ਇਹਨਾਂ ਫਿਰ ਸਾਰੇ ਬੰਦੇ ਭਾਈ ਅੰਮ੍ਰਿਤਪਾਲ ਵੱਲੋਂ ਖੜੇ ਕੀਤੇ ਜਾ ਰਹੇ? ਨਹੀਂ, ਅੰਮ੍ਰਿਤਪਾਲ ਵੱਲੋਂ ਕੋਈ ਬੰਦਾ ਵੀ ਵੈਸੇ ਨਹੀਂ ਖੜਾ ਕੀਤਾ ਜਾ ਰਿਹਾ, ਪਰ ਫਿਰ ਵੀ ਜੇ ਕੋਈ ਸਹੀ ਬੰਦਾ ਕੋਈ ਹੋਇਆ ਤਾਂ ਉਹਦੀ ਅਸੀਂ ਸਪੋਰਟ ਜ਼ਰੂਰ ਕਰ ਸਕਦੇ। ਹੁਣ ਅਗਲਾ ਪ੍ਰੋਗਰਾਮ ਤੁਹਾਡਾ ਕੀ ਐਸ ਸੀ ਪੀ ਦੀ ਤਿਆਰੀ ਆ?
ਹਾਂਜੀ, SPG ਵਾਸਤੇ ਅਸੀਂ ਸੰਗਤਾਂ ਨੂੰ ਇਹ ਬੇਨਤੀ ਵੀ ਕਰ ਰਹੇ ਹਾਂ ਕਿ ਜਿਹੜੇ ਥੋੜ੍ਹਾ ਬਹੁਤਾ ਸਮਾਂ ਰਹਿ ਗਿਆ ਉਹਦੇ 'ਚ ਤੁਸੀਂ ਆਪੋ ਆਪਣੀ ਜਿਹਦੀ ਵੋਟ ਨਹੀਂ ਬਣੀ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰੋ, ਅਤੇ ਬਾਕੀ ਅਸੀਂ ਉਹਦੇ 'ਚ SGPC 'ਚ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਉਹਦੇ 'ਚ ਬਹੁਤ ਵੱਡਾ ਸਾਡੀਆਂ ਸੰਸਥਾਵਾਂ 'ਚ ਜੋ ਉੱਥੇ ਕਾਵੀ ਧਿਰ ਸੀ ਉਹਨੇ ਬੜਾ ਨਿਗਾਰ ਲਿਆਂਦਾ, ਅਤੇ ਅਸੀਂ ਉਹਨੂੰ ਦੁਬਾਰਾ ਜੋ ਇਸ ਮੰਤਵ ਲਈ ਉਹ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਸੀ ਉਹਨਾਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਆ, ਅਤੇ ਅਸੀਂ ਉਹਦੇ ਵਾਸਤੇ ਸਾਰੇ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਵਿੱਚੋਂ ਹੀ ਤੁਸੀਂ ਸਿਲੈਕਟ ਕਰੋਗੇ ਇਹੋ ਜਿਹੇ ਉਮੀਦਵਾਰ ਜਿਹੜੇ ਸੰਗਤਾਂ ਨੂੰ ਪ੍ਰਵਾਨ ਹੋਣ, ਜਿਹੜੇ ਗੁਰਸਿੱਖੀ ਨੂੰ ਪੰਥ ਪ੍ਰਸਤੀ ਹੋਣ, ਪੰਜਾਬ ਦੀ ਭਲੇ ਦੀ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰ ਸਕਦੇ ਹੋਣ, ਜਾਂ ਉਹਦੇ ਵਾਸਤੇ ਸਮਰਪਿਤ ਹੋਣ, ਉਹਨਾਂ ਨੂੰ ਅੱਗੇ ਲਿਆਈਏ ਅਤੇ ਉਹ ਜਿਹੜਾ ਉਸ ਨਿਗਾਰ ਆ ਚੁੱਕਾ ਉਹਨੂੰ ਫਿਰ ਆਪਾਂ ਚੜ੍ਹਦੀ ਕਲਾ ਵਾਲੇ ਪਾਸੇ ਲੈ ਸਕੀਏ। ਠੀਕ ਹੈ, ਇਸ ਨੂੰ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਜਿਹੜਾ ਕਹਿਣਾ ਜੀ, ਅਸੀਂ ਜਿਹੜੇ ਬੇਸ਼ੱਕ ਅਕਾਲੀ ਲੀਡਰਾਂ ਉਹਨਾਂ ਨੇ ਤਲਬ ਕੀਤਾ, ਲੇਕਿਨ ਕੋਈ ਉਮੀਦ ਨਹੀਂ ਕਿ ਇਹ ਜਿਹੜੇ ਆ ਕੋਈ ਕੌਮ ਦਾ ਭਲਾ ਕਰ ਸਕਣਗੇ। ਪੰਜਾਬ ਦਾ ਕਲੀ ਡੇਰੀ ਦਾ ਦੁਰਗਾ ਦਾ ਬਸ਼ਮਰ ਬਿੱਟੂ।